विनोव वर्मा दी कहानी ਜਿਨ੍ਹਾਂ ਦੇ ਖਸਮ ਨਹੀਂ ਹੁੰਦੇ ਦਾ ਅਗਲਾ ਹਿੱਸਾ ਧੰਨੀ ਦੀ ਗੱਲ ਸੁਣ ਕੇ ਜਿਵੇਂ ਪਰਮੀਤ ਦੇ ਸਰੀਰ ਤੋਂ ਜਾਨ ਨਿਕਲ ਗਈ ਕਰਮੇ ਤੋਂ ਜਿਆ ਘਟਿਆ ਪਣ ਦੀ ਉਮੀਦ ਨਹੀਂ ਸੀ ਉਹਨੂੰ ਉਹ ਤੁਹਾਨੂੰ ਆਪਣਾ ਬਹੁਤ ਵੱਡਾ ਦੋਸਤ ਸਮਝਦੀ ਰਹੀ ਸੀ ਜੋ ਹਰ ਚੰਗੇ ਭੈੜੇ ਮੌਕੇ ਉਹਦੀ ਮਦਦ ਕਰਦਾ ਰਿਹਾ ਸੀ ਪਰ ਅਖਰ ਉਹ ਹਰਾਮੀ ਪੁਨੇ ਤੇ ਉਤਰ ਹੀ ਆਇਆ ਉਹਦੀ ਇੱਜ਼ਤ ਆਬਰੂ ਨਾਲ ਖੇਡ ਕੇ ਹੁਣ ਉਹਦੀ ਮਿੱਟੀ ਪੁੱਟ ਰਿਆ ਸੀ ਕਰਮੇ ਨਾਲ ਦਿਲੋਂ ਨਫ਼ਰਤ ਹੋ ਗਈ ਸੀ ਉਹਨੂੰ ਪਰ ਉਹਨੂੰ ਸਮਝਾਉਣ ਲਈ ਇੱਕ ਦਿਨ ਆਪਣੇ ਕੋਲ ਸਦਿਆ ਪਰमीत ਨੇ ਕਰਮਿਆ ਮੈਨੂੰ ਤੇਥੋਂ ਅਜਈ ਆਸ ਨਹੀਂ ਸੀ ਸ਼ਰਮ ਘਰ ਵਿੱਚ ਮੈਨੂੰ ਨਹੀਂ ਪਤਾ ਸੀ ਤੂੰ ਐਦਾਂ ਬਦਲ ਜਾਏਂਗਾ ਪਰमीत ਨੇ ਗੁੱਸੇ ਚ ਕਿਹਾ ਮੈਂ ਤਾਂ ਅੱਜ ਵੀ ਉਹੀ ਹਾਂ ਪਰ ਤੁਸੀਂ ਬਦਲ ਗਏ ਕਰਮੇ ਨੇ ਝੋਟ ਖਾਦੇ ਆਸ਼ਿਕ ਵਾਂਗੂੰ ਲੰਬਾ ਦਿੱਤਾ ਤੈਨੂੰ ਪਤਾ ਹੀ ਹੈ ਕੀ ਕੁਝ ਹੋਇਆ ਮੇਰੇ ਨਾਲ ਘਟੋ ਘਟ ਆਪਣੀ ਗੰਦੀ ਜ਼ੁਬਾਨ ਤਾਂ ਬੰਦ ਰੱਖਦਾ ਨਮਖਰਾਮਾ ਮੇਰੀ ਨਹੀਂ ਤਾਂ ਮੇਰੇ ਬੱਚੇ ਦੀ ਜ਼ਿੰਦਗੀ ਦਾ ਹੀ ਖਿਆਲ ਕਰ ਲੈਂਦਾ ਕੀ ਵਿਗਾੜਿਆ ਸੀ ਮੈਂ ਤੇਰਾ ਪਰਮੀਤ ਦੁਖੀ ਆਵਾਜ਼ ਚ ਬੋਲੇ ਇਹ ਸਿਰਫ ਤੁਹਾਡਾ ਕੱਲਿਆਂ ਦਾ ਨਹੀਂ ਮੇਰਾ ਵੀ ਬੱਚਾ ਹੈ ਕਰਮੇ ਨੇ ਜਿਵੇਂ ਯਾਦ ਦਲਾਇਆ ਬਕਵਾਸ ਨਾ ਕਰ ਖਬਰਦਾਰ ਜੇ ਮੇਰੇ ਬੱਚੇ ਨਾਲ ਆਪਣਾ ਨਾਮ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਆਪਣੀ ਗੰਦੀ ਸ਼ਕਲ ਲੈ ਕੇ ਮੇਰੇ ਸਾਹਮਣੇ ਨਾ ਆਈ ਮੁੜ ਕੇ ਪਰਮੀਤ ਚੀਕੀ ਸੱਟ ਖਾਦੇ ਸੱਪ ਵਾਂਗ ਵਲ ਖਾਂਦਾ ਹੋਇਆ ਕਰਮਾ ਚੁੱਪਚਾਪ ਉੱਥੋਂ ਚਲਾ ਗਿਆ ਪਰ ਬਹੁਤੀ देर ਚੁੱਪ ਨਹੀਂ ਰਿਹਾ ਉਹ ਹੁਣ ਉਹ ਸ਼ਰੇਆਮ ਰਾਜਾਂ ਦੇ ਲੋਕਾਂ ਨੂੰ ਰੋਕ ਰੋਕੇ ਕਰਨਲ ਦਿਲਬਾਖ ਸਿੰਘ ਦੀ ਕੋਠੀ ਛੋਈ ਪਾਪ ਕਥਾ ਨੂੰ ਸੁਣਾਉਂਦਾ ਜਣੇ ਖੜੇ ਮੋਰੇ ਆਪਣੀ ਤੇ ਪਰਮੀਤ ਦੀ ਨਜਾਇਜ਼ ਹਲਾਤਾ ਕਿੱਸਾ ਛੇੜਦਾ ਪੂਰੀ ਤਰ੍ਹਾਂ ਬੁਖਲਾ ਗਿਆ ਸੀ ਉਹ ਤੇ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ ਸੀ ਪਰਮੀਤ ਨੇ ਉਹਨੂੰ ਕੋਠੀ ਚੋਂ ਬਾਹਰ ਕੱਢ ਦਿੱਤਾ ਸੀ ਹੁਣ ਉਹਨਾਂ ਦੇ ਘਰ ਦੇ ਖੇਤਾਂ ਵਿੱਚ ਕੋਈ ਕੰਮ ਨਹੀਂ ਕਰਦਾ ਸੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਸੀ ਉਹ ਬੜੀ ਕੋਸ਼ਿਸ਼ ਕੀਤੀ ਉਹਨੇ ਕਿ ਕਿਵੇਂ ਨਾ ਕਿਵੇਂ ਪਰਮੀਤ ਦਾ ਯਕੀਨ ਮੁੜ ਜਿੱਤਿਆ ਜਾਏ ਪਰ ਪਰਮੀ ਤੋਂ ਦੀ ਨੀਚਤਾ ਕਮੇਨਗੀ ਤੇ ਵਿਸ਼ਵਾਸ ਘਾਤ ਤੋਂ ਬੁਰੀ ਤਰ੍ਹਾਂ ਆਹਤ ਹੋ ਚੁੱਕੀ ਸੀ ਮੁੜ ਕਰਮੇ ਨੂੰ ਆਪਣੇ ਘਰ ਚ ਨਹੀਂ ਵੜਨ ਦਿੱਤਾ ਉਹਨੇ ਜ਼ਮਾਨੇ ਵੱਲੋਂ ਉੱਠਦੀਆਂ ਤੋਮਤਾਂ ਤੇ ਬਦਨਾਮੀ ਦੀਆਂ ਹਨੇਰੀਆਂ ਉਹਨੇ ਨੰਗੇ ਸਿਰ ਝਲੀਆਂ ਲੋਕਾਂ ਦੀਆਂ ਜਿਸਮ ਚੀਰਦੀਆਂ ਤੱਕੜੀਆਂ ਖੱਟਰੇ ਹਾਸੇ ਤਾਨੇ ਮਿਹਨੇ ਚੁੱਪਚਾਪ ਸਹਾਰ ਦੇ ਰਹੇ ਹੋ ਸ਼ਰੀਕਾਂ ਨੇ ਫੇਰ ਸਿਰ ਝੁਕਣੇ ਸ਼ੁਰੂ ਕਰਤੇ ਸੀ ਮੁੜ ਫੇਰ ਉਹਨੂੰ ਧਮਕੀਆਂ ਮਿਲਣ ਲੱਗੀਆਂ ਕਿ ਉਹਦੇ ਨਜਾਜ਼ ਬੱਚੇ ਨੂੰ ਜਾਨੋਂ ਮਾਰਤਾ ਜਾਏਗਾ ਆਪਣੇ ਬੱਚੇ ਦੀ ਹਰ ਸਮੇਂ ਜਿ ਰਾਖੀ ਕਰਦੀ ਉਹ ਜਿਵੇਂ ਕਿਸੇ ਸੰਘਣੇ ਜੰਗਲ ਚ ਕੋਈ ਹਿਰਨੀ ਆਪਣੇ ਮਾਸੂਮ ਬੱਚੇ ਦੀ ਕਰਦੀ ਹੈ ਕਿ ਕਿਤੇ ਕੋਈ ਖਤਰਨਾਕ ਦਰਿੰਦਾ ਉਹਨੂੰ ਖਾ ਨਾ ਜਾਵੇ ਹਾਲੇ ਸ਼ਰੀਕਾਂ ਨਾਲ ਲੜੀ ਰਹੀ ਸੀ ਉਹ ਕਿ ਇੱਕ ਨਵਾਂ ਬੰਬ ਫਟਿਆ ਉਹਦੇ ਘਰ ਵਕੀਲ ਦੀ ਚਿੱਠੀ ਆਈ ਜੋ ਕਰਮੇ ਵੱਲੋਂ ਭੇਜੀ ਗਈ ਸੀ ਕਾਨੂੰਨੀ ਨੋਟਿਸ ਚ ਲਿਖਿਆ ਗਿਆ ਸੀ ਕਿ ਉਹਦੇ ਕਰਮਜੀਤ ਸਿੰਘ ਨਾਲ ਸਬੰਧ ਸਨ ਦੋਵੇਂ ਪਤੀ ਪਤਨੀ ਵਾਂਗ ਪਿਛਲੇ ਕਈ ਸਾਲਾਂ ਤੋਂ ਇੱਕ ਘਰ ਚ ਇਕੱਠੇ ਰਹਿ ਰਹੇ ਸਨ ਇਨ੍ਹਾਂ ਸਬੰਧਾਂ ਚੋਂ ਹੀ ਉਹਨਾਂ ਦੇ ਇੱਕ ਬੱਚਾ ਪੈਦਾ ਹੋਇਆ ਸੀ ਸੋ ਕਾਨੂੰਨੀ ਤੌਰ ਤੇ ਕਰਮ ਸਿੰਘ ਇਸ ਬੱਚੇ ਦਾ ਪਾਪ ਸੀ ਇਹ ਨਹੀਂ ਨੀ ਕਰਮ ਸਿੰਘ ਪਰਮੀਤ कौर ਦੀ ਜਾਇਦਾਦ ਵਿੱਚ ਵੱਧ ਦਾ ਮਾਲਕ ਵੀ ਸੀ ਕਿਉਂਕਿ ਉਹ ਦਾ ਪਤੀ ਸੀ ਦੋਵਾਂ ਨੇ ਸਮਾਜ ਤੋਂ ਚੋਰੀ ਇੱਕ ਗੁਰਦੁਆਰੇ ਚ ਵਿਆਹ ਕਰਵਾ ਲਿਆ ਸੀ ਨੋਟਿਸ ਤੇ ਧਮਕੀ ਦਿੱਤੀ ਗਈ ਸੀ ਕਿ ਜੇ ਪਰਮੀਤ ਨੇ ਸ਼ਰਤਾਂ ਨਾ ਮੰਨੀਆਂ ਤਾਂ ਅਦਾਲਤ ਚ ਕਰਮਾ ਆਪਣੇ ਹੱਕ ਲਈ ਕਾਨੂੰਨੀ ਲੜਾਈ ਲੜੇਗਾ ਪਰਮੀਤ ਨੂੰ ਅੰਗਰੇਜ਼ੀ ਬਹੁਤੀ ਨਹੀਂ ਸੀ ਆਉਂਦੀ ਪਰ ਜਿੰਨਾ ਵੀ ਉਹ ਪੜ ਸਕੀ ਸਮਝ ਗਈ ਕਰਮ ਆਪਣੀ ਔਕਾਤ ਤੇ ਉਤਰ ਆਇਆ ਸੀ। ਪ੍ਰੇਮ, ਦੋਸਤੀ ਤੇ ਭਰੋਸੇ ਦਾ ਜਾਲ ਵਿਛਾ ਕੇ ਉਹਨੇ ਉਹਦੇ ਨਾਲ ਠੱਗੀ ਮਾਰੀ ਸੀ ਤਾਂ ਕਿ ਉਹਦੀ ਜ਼ਮੀਨ ਜਾਇਦਾਦ 'ਚੋਂ ਹਿੱਸਾ ਲੈ ਸਕੇ। ਪਰਮੀਤ ਲਈ ਇੱਕ ਨਵਾਂ ਬਖੇੜਾ ਖੜਾ ਹੋ ਗਿਆ ਸੀ। ਆਮ ਲੋਕਾਂ ਦੇ ਹਾਲਾਤ ਨਾਲ ਤਾਂ ਜੂਝਣ ਦੀ ਆਦੀ ਹੋ ਗਈ ਸੀ ਉਹ ਪਰ ਕਾਨੂੰਨੀ ਦਾਅ ਪੇਚ ਤੋਂ ਅਨਜਾਨ ਸੀ। ਉਹਦਾ ਸੱਚਾ ਦੋਸਤ ਜੋ ਹਮੇਸ਼ਾ ਉਹਦੇ ਹੱਕ ਲਈ ਲੜਦਾ ਰਿਹਾ ਸੀ। ਅਜ ਉਸ ਦੇ ਖਿਲਾਫ ਕਾਨੂੰਨੀ ਜੰਗ ਛੇੜ ਰਿਆ ਸੀ ਕੋਈ ਹੋਰ ਚਾਰਾ ਨਾ ਹੋਣ ਕਾਰਨ ਪਰਮੇਤ ਨੂੰ ਕਿਸੇ ਵਧੀਆ ਵਕੀਲ ਤੋਂ ਸਲਾਹ ਲੈਣੀ ਪਈ ਇੱਕ ਦਿਨ ਸ਼ਹਿਰ ਇੱਕ ਮਸ਼ਹੂਰ ਵਕੀਲ ਨੂੰ ਮਿਲਣ ਚਲੀ ਗਈ ਉਹ ਵਕੀਲ ਦੇ ਦਫ਼ਤਰ 'ਚ ਪਹੁੰਚ ਕੇ ਆਪਣੀ ਕਹਾਣੀ ਦਾ ਪੂਰਾ ਸੱਚ ਉਹਨੇ ਖੋਲ ਕੇ ਸੁਣਾ ਦਿੱਤਾ ਕੁਝ ਵੀ ਨਹੀਂ ਚੁਪਾਇਆ ਇਸ ਕੁੱਤੇ ਦਾ ਬਥਾਰ ਭੰਦੇ ਹੋ ਜਿੰਨਾ ਮਰਜ਼ੀ ਪੈਸਾ ਲੱਗ ਜਾਏ ਪਰਮੇਤ ਨੇ ਵਕੀਲ ਨੂੰ ਕਿਹਾ ਵਕੀਲ ਕਾਫੀ ਤਜਰਬੇਕਾਰ ਤੇ ਸਮਝਦਾਰ ਸੀ परमीत तो मोटी फीस ਲੈ ਕੇ ਉਹਨੇ ਕਰਮੇ ਦੇ ਵਕੀਲ ਦੀ ਚਿੱਠੀ ਦਾ ਜਵਾਬ ਉਸੇ ਦੀ ਜ਼ੁਬਾਨ ਚ ਦਿੱਤਾ ਪਰमीत ਦੇ ਵਕੀਲ ਨੇ ਲਿਖਿਆ ਕਿ ਕਰਮੇ ਵੱਲੋਂ ਲਗਾਏ ਗਏ ਸਾਰੇ ਇਲਜ਼ਾਮ ਝੂਠੇ ਸਨ ਨਾ ਕਦੇ ਪਰमीत ਨਾਲ ਉਹਦੇ ਨਜ਼ਦੀਕੀ ਸਬੰਧ ਰਹੇ ਸੀ ਨਾ ਹੀ ਉਹਦੇ ਬੱਚੇ ਦਾ ਬਾਪ ਸੀ ਸਿਰਫ ਜਾਇਦਾਦ ਹਾਸਲ ਕਰਨ ਲਈ ਉਹਨੇ ਪਰमीत ਖਿਲਾਫ ਝੂਠਾ ਕੇਸ ਦਰਜ ਕੀਤਾ ਸੀ ਵਕੀਲ ਨੂੰ ਮਿਲ ਕੇ ਪਰमीत ਨੇ ਕੁਝ ਰਾਹਤ ਮਹਿਸੂਸ ਕੀਤੀ ਉਹਨੇ ਸੋਚਿਆ ਕਿ ਗੱਲ ਛੇਤੀ ਨਿਬੜ ਜਾਏਗੀ ਪਰ ਅਜਿਆ ਨਹੀਂ ਹੋਇਆ ਇੱਕ ਵਾਰੀ ਕਾਨੂੰਨੀ ਜੰਗ ਸ਼ੁਰੂ ਹੋਈ ਤਾਂ ਵੱਧਦੀ ਚਲੀ ਗਈ ਦੋਵਾਂ ਧਿਰਾਂ ਦੇ ਵਕੀਲ ਇੱਕ ਦੂਜੇ ਤੇ ਤਾਬੜ ਤੋਲ ਤੋੜ ਹਮਲੇ ਕਰ ਰਹੇ ਸਨ ਕਰਮੇ ਨੇ ਝੂਠੇ ਗਵਾਹ ਤੇ ਸਬੂਤ ਇਕੱਠੇ ਕਰਕੇ ਉਹਦੇ ਖਿਲਾਫ ਕਾਫੀ ਤਕੜਾ ਮੁਕੱਦਮਾ ਖੜਾ ਕਰਤਾ ਸੀ ਸ਼ੁਰੂ ਚ ਤਾਂ ਪਰਮੀਤ ਵਕੀਲਾਂ ਦੀਆਂ ਮੋਟੀਆਂ ਸੀ ਸੰਪਰਦ ਦੇ ਰਹੀ ਇਸ ਉਮੀਦ ਕਿ ਕਰਮਾ ਜੀ ਤੀ ਹਾਰ ਬਣ ਜਾਏਗਾ ਪਰ ਉਹਦਾ ਅਨੁਮਾਨ ਗਲਤ ਨਿਕਲਿਆ ਨਾ ਕਰਮਾ ਪਿੱਛੇ ਹਟਿਆ ਨਾ ਉਹ ਹਟ ਸਕੀ ਵਕੀਲਾਂ ਲਈ ਤਾਂ ਇਹ ਬਿਜ਼ਨਸ ਸੀ ਕਈ ਵਾਰੀ ਉਹਨੂੰ ਲੱਗਦਾ ਕਿ ਵਕੀਲ ਜਾਣਬੁੱਝ ਕੇ ਕਾਨੂੰਨੀ ਲੜਾਈ ਵਧਾ ਰਹੇ ਹਨ ਤਾਂ ਕਿ ਉਹਨਾਂ ਨੂੰ ਕਮਾਈ ਹੋ ਸਕੇ ਪਰ ਹੋਰ ਕੋਈ ਚਾਰਾ ਹੀ ਨਹੀਂ ਸੀ ਉਹਦੇ ਕੋਲ ਆਪਣੇ ਬੱਚੇ ਦੇ ਭਵਿੱਖ ਤੇ ਜੀਵਨ ਲਈ ਲੜ ਰਹੀ ਸੀ ਉਹ ਉਹਦੇ ਹੱਕਾਂ ਤੇ ਸੁਰੱਖਿਆ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਸੀ ਪਰਮੀਤ ਫਿਰ ਉਹਨੇ ਪੈਸੇ ਗਿਣਨੇ ਛੱਡ ਦਿੱਤੇ ਜਦੋਂ ਵੀ ਵਕੀਲ ਦੀ ਚਿੱਠੀ ਆਉਂਦੀ ਉਹ ਚੈੱਕ ਕੱਟ ਕੇ ਭੇਜ ਦਿੰਦੇ ਉਹਦੇ ਬੱਚੇ ਤੇ ਕਿਸੇ ਗੱਲ ਦਾ ਕੋਈ ਮਾੜਾ ਅਸਰ ਨਾ ਪਵੇ ਸੋਚ ਕੇ ਪਰਮੀਤ ਨੇ ਨੋ ਨਿਹਾਲ ਨੂੰ ਦੂਰ ਕਿਸੇ ਆਮੀ ਸਕੂਲ ਚ ਦਾਖਲ ਦਾਖਲਾ ਦਿਲਾ ਦਿੱਤਾ ਉਹਦੇ ਸਹਰੇ ਦੇ ਫੌਜੀ ਪਿਛੋਕੜ ਕਾਰਨ ਨੋ ਨਿਹਾਲ ਨੂੰ ਆਮੀ ਸਕੂਲ ਚ ਦਾਖਲਾ ਮਿਲ ਗਿਆ ਸੀ ਉੱਥੇ ਬੋਰਡਿੰਗ ਤੇ ਰਹਿਣ ਲੱਗ ਪਿਆ ਉਹ ਪਰਮੀਤ ਨੇ ਸਕੂਲ ਵਾਲਿਆਂ ਨੂੰ ਖਾਸ ਤਾਕੀਦ ਕੀਤੀ ਕਿ ਉਹਦੇ ਬੱਚੇ ਨੂੰ ਕਿਸੇ ਨਾਲ ਮਿਲਣਾ ਦਿੱਤਾ ਜਾਏ ਉਹ ਹਰ ਮਹੀਨੇ ਜਾ ਕੇ ਆਪਣੇ ਜਿਗਰ ਦੇ ਟੁਕੜੇ ਨੂੰ ਦੇਖ ਆਉਂਦੀ ਸੀ ਆਪਣੇ ਬੱਚੇ ਨੂੰ ਇੱਕ ਸੁਰੱਖਿਅਤ ਥਾਂ ਤੇ ਭੇਜਣ ਵਿੱਚ ਉਹ ਥੋੜਾ ਹਲਕਾ ਮਹਿਸੂਸ ਕਰਨ ਲੱਗੀ ਜਿਵੇਂ ਹਾਲਾਤ ਨਾਲ ਲੜਨ ਲਈ ਹੁਣ ਉਹ ਵਿਹਲੀ ਹੋ ਗਏ ਹੋਏ ਕਈ ਸਾਲੇ ਕਾਨੂੰਨੀ ਜੰਗ ਚੱਲਦੀ ਰਹੀ ਵਕੀਲ ਅੰਗਰੇਜ਼ੀ ਚ ਬਹਿਸ ਕਰਦੇ ਇੱਕ ਦੂਜੇ ਤੇ ਚੀਖਦੇ ਝਿਲਾਉਂਦੇ ਗੱਲ ਉਹਦੀ ਅੱਧੀ ਪਚਦੀ ਸਮਝ ਆਉਂਦੀ ਪਰ ਉਹਨੂੰ ਇੰਨੀ ਸਮਝ ਜ਼ਰੂਰ ਲੱਗੀ ਸੀ ਕਿ ਲੜਾਈ ਜਿੱਤਣੀ ਇੰਨੀ ਆਸਾਨ ਨਹੀਂ ਸੀ ਕਰਮਾ ਕਿਤੇ ਵੀ ਹਾਰ ਮੰਨਣ ਲਈ ਤਿਆਰ ਨਹੀਂ ਸੀ ਪਤਾ ਨਹੀਂ ਐਨਾ ਪੈਸਾ ਕਿੱਥੋਂ ਆ ਗਿਆ ਸੀ ਕਰਨੇ ਕੋਲ ਜੋ ਇਹੋ ਜੀ ਮਹਿੰਗੀ ਮੁਕਦਮੇਬਾਜ਼ੀ ਲੜ ਰਿਹਾ ਸੀ ਗੱਲ ਸਿਰਫ ਪੈਸੇ ਦੀ ਨਹੀਂ ਪਰ ਮੀਤ ਦੀ ਇੱਜ਼ਤ ਤੇ ਅਣਖ ਦੀ ਵੀ ਸੀ ਅਦਾਲਤਾਂ 'ਚ ਵਿਰੋਧੀ ਧਿਰ ਦੇ ਵਕੀਲ ਉਹਦੇ ਤੋਂ ਕਰਮੇ ਨਾਲ ਨਜਾਇਜ਼ ਸਬੰਧਾਂ ਬਾਰੇ ਗੰਨੇ ਮੰਦੇ ਅਸ਼ਲੀਲ ਤੇ ਨੰਗੇ ਸਵਾਲ ਪੁੱਛਦੇ ਝੂਠੇ ਗਵਾਹਾਂ ਤੋਂ ਗਵਾਹੀਆਂ ਦਲਾਈਆਂ ਜਾਂਦੀਆਂ ਤੇ ਉਹ ਭਰੀ ਸਭਾ 'ਚ ਖੁਦ ਨੂੰ ਨੰਗੀ ਹੋਈ ਮਹਿਸੂਸ ਕਰਦੀ ਉਹਨੂੰ ਲੱਗਦਾ ਜਿਵੇਂ ਕਰਮਾ ਮਹਾਭਾਰਤ ਦੇ ਦੁਸ਼ਾਸਨ ਵਾਂਗ ਸਭ ਦੇ ਸਾਹਮਣੇ ਉਹਦਾ ਚੀਰ ਹਰਨ ਕਰ ਰਿਹਾ ਸੀ ਤੇ ਕੋਈ ਵੀ ਪਤਵੰਤਾ ਉਹਦੀ ਮਦਦ ਲਈ ਮੂਹਰੇ ਨਹੀਂ ਆ ਰਿਹਾ ਸੀ ਤੇ ਨਾ ਹੀ ਕੋਈ ਕ੍ਰਿਸ਼ਨ ਭਗਵਾਨ ਸੀ ਉਹਦੇ ਕੋਲ ਜੋ ਉਹਦੀ ਇੱਜ਼ਤ ਬਚਾਉਣ ਲਈ ਬੋੜਦਾ خود ਨੂੰ عدالتਾਂ 'ਚ ਖੱਜਲ ਖੁਆਰ ਕਰਦੀ ਉਹ ਘਰ ਵਾਪਸ ਆ ਜਾਂਦੀ ਆਪਣੇ ਆਪ ਨੂੰ تسلی ਦਿੰਦੀ ਕਿ ਹਾਲੇ ਉਹਨੇ ਇਹ ਜੰਗ ਹੋਰ ਲੜਨੀ ਹੈ ਆਪਣੇ ਹੱਕਾਂ ਲਈ ਤੇ ਆਪਣੇ ਬੱਚੇ ਦੇ ਅਧਿਕਾਰਾਂ ਲਈ ਕਾਨੂੰਨੀ ਹਾਲਤ ਬਹੁਤੀ ਚੰਗੀ ਨਹੀਂ ਸੀ ਉਹਦੀ ਇੱਥੋਂ ਤੱਕ ਕਿ ਉਹਦੇ ਵਕੀਲ ਨੇ ਵੀ ਉਹਨੂੰ ਸਾਫ਼ ਦੱਸ ਦਿੱਤਾ ਸੀ ਕਿ ਉਹਦੇ ਮੁਕੱਦਮਾ ਹਾਰ ਜਾਣ ਦਾ ਡਰ ਸੀ ਇਹਦਾ ਕਾਰਨ ਕਰਮੇ ਕੋਲ ਉਹਦੇ ਖਿਲਾਫ ਠੋਸ ਸਬੂਤ ਤੇ ਗਵਾਹਾਂ ਦੀ ਟੋਲੀ ਸੀ ਜਿਹੋ ਦੀ ਪਿੱਠ ਲਗਾਉਣ ਲਈ ਪੂਰੀ ਤਿਆਰੀ ਚ ਸਨ ਪਰ ਪਰਮੀਤ ਦੇ ਦਿਲ ਨੇ ਹਾਰ ਨਹੀਂ ਮੰਨੀ ਜ਼ਮੀਨਾਂ ਵੇਚ ਕੇ ਮੁਕੱਦਮਾ ਲੜ ਰਹੀ ਸੀ ਉਹ ਲੋਕ ਹੱਸਦੇ ਸੀ ਉਸਤੇ ਪਰ ਹੁਣ ਉਹਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਸੀ ਸ਼ਰਮhaya ਦੇ ਪਰਦੇ ਕਦੋਂ ਦੀ ਲਾ ਕੇ ਸੁੱਟ ਚੁੱਕੀ ਸੀ ਮੈਦਾਨੇ ਜੰਗ 'ਚ ਲੜਦੀ ਕਿਸੇ ਜੰਗਜੂ ਵਾਂਗ ਉਹ ਸਿਰ ਧੜ ਦੀ ਬਾਜ਼ੀ ਲਾਉਣ ਲਈ ਤਿਆਰ ਸੀ ਮੁਕੱਦਮੇ ਦੀਆਂ ਤਾਰੀਖਾਂ ਤੇ ਤਾਰੀਖਾਂ ਪੈਨੀਆਂ ਗਈਆਂ ਉਹ ਅਦਾਲਤ ਤੇ ਵਕੀਲਾਂ ਦੇ ਅਦਾਲਤ ਤੇ ਦਫ਼ਤਰਾਂ ਦੇ ਚੱਕਰ ਕੱਟਦੀ ਰਹੀ ਕਰਮਾ ਸ਼ੇਰ ਬਣਿਆ ਫਿਰਦਾ ਸੀ ਕਿ ਹੇਟਲੀਆਂ ਅਦਾਲਤਾਂ ਨੇ ਉਹਦੇ ਹੱਕ 'ਚ ਫੈਸਲਾ ਦਿੱਤਾ ਸੀ ਤੇ ਪਰਮੀਤ ਕਾਨੂੰਨ ਦੀ ਹਰ ਉਸ ਸਿਖਰ ਨੂੰ ਚੁਣਨ ਲਈ ਤਿਆਰ ਸੀ ਜਿੱਥੋਂ ਸਫਲਤਾ ਦੀ ਨਿੱਕੀ ਜੰਨੀ ਆਸ ਕਿਉਂ ਨਾ ਹੋਵੇ ਆਖਰ ਮੁਕੱਦਮਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ ਕਈ ਦਿਨ ਦੋਵੇਂ ਧਿਰਾਂ ਦੇ ਵਕੀਲ ਆਪੋ ਆਪਣੇ ਪੱਖ ਪੇਸ਼ ਕਰਦੇ ਰਹੇ ਗਵਾਹ ਸੱਦੇ ਗਏ ਦਲੀਲਾਂ ਹੋਈਆਂ ਪਰਮੀਤ ਹਮੇਸ਼ਾ ਵਾਂਗ ਚੁੱਪਚਾਪ ਬੈਠੀ ਸਬਰ ਨਾਲ ਅਦਾਲਤੀ ਡਰਾਮਾ ਵੇਖਦੀ ਰਹਿੰਦੀ ਸੀ ਉਦਾ ਦਿਮਾਗ ਪੂਰਾ ਕੰਮ ਨਹੀਂ ਕਰ ਰਿਹਾ ਸੀ ਤੇ ਨਾ ਹੀ ਉਹਨੂੰ ਸਮਝ ਆ ਰਹੀ ਸੀ ਕਿ ਉਸ ਇਸ ਕਹਾਣੀ ਦਾ ਅੰਤ ਕਿੱਥੇ ਹੋਏਗਾ ਪਰ ਆਪਣੇ ਬੱਚੇ ਨੂੰ ਕਿਸੇ ਵੀ ਕੀਮਤ ਤੇ ਗਵਾਣਾ ਨਹੀਂ ਚਾਹੁੰਦੀ ਸੀ ਉਹ ਫਿਰ ਇੱਕ ਦਿਨ ਉਹਨੂੰ ਕਟੈਰੀ 'ਚ ਸੱਦਿਆ ਗਿਆ ਵਿਰੋਧੀ ਧਿਰ ਦੇ ਵਕੀਲ ਨੇ ਉਹਦੇ ਖਿਲਾਫ ਜਿਹੀਆਂ ਦਲੀਲਾਂ ਦਿੱਤੀਆਂ ਜਿਹਨੂੰ ਸੁਣ ਕੇ ਕੋਈ ਵੀ ਸਧਾਰਨ ਔਰਤ ਸ਼ਰਮ ਨਾਲ ਮੂੰਹ ਝੁਪਾ ਲਏ ਪਰ ਉਹ ਪੱਥਰ ਦੀ ਕਿਸੇ ਮੂਰਤ ਵਾਂਗ ਖਾਮੋਸ਼ ਖੜੀ ਰਹੀ ਅਦਾਲਤ ਵਿੱਚ ਬਣੇ ਮਾਹੌਲ ਤੋਂ ਸਾਫ਼ ਲੱਗ ਰਿਹਾ ਸੀ ਕਿ ਫੈਸਲਾ ਕਰਮੇ ਦੇ ਹੱਕ ਚ ਹੀ ਹੋਏਗਾ। ਅਦਾਲਤ ਚ ਬੈਠਾ ਸਿਆਣੀ ਉਮਰਦਾਸ ਸਿੱਖ ਜੱਜ ਸਾਰੀ ਕਾਰਵਾਈ ਬੜੇ ਧਿਆਨ ਨਾਲ ਸੁਣ ਰਿਹਾ ਸੀ। ਤੂੰ ਆਪਣੇ ਪੱਖ ਚ ਕੁਝ ਕਹਿਣਾ ਬੀਬੀ? ਜੱਜ ਨੇ ਪੰਜਾਬੀ ਚ ਪੁੱਛਿਆ। ਪਰਮੀਤ ਦੇ ਕੰਨਾਂ ਚ ਜਿਵੇਂ ਰੱਬ ਦੀ ਆਵਾਜ਼ ਪਈ ਹੋਵੇ। ਹਾਲੇ ਤੱਕ ਉਹ ਅੰਗਰੇਜ਼ੀ ਭਾਸ਼ਾ ਦੀ ਕਮਜ਼ੋਰੀ ਕਾਰਨ ਆਪਣੇ ਦਿਲ ਦੀ ਗੱਲ ਪੂਰੀ ਤਰ੍ਹਾਂ ਕਹਿਣ ਤੋਂ ਅਸਮਰਥ ਰਹੀ ਸੀ ਤੇ ਸਿਰਫ ਉਹੀ ਜਵਾਬ ਦਿੰਦੀ ਜੋ ਵਕੀਲ ਨੇ ਉਹਨੂੰ ਰਟਾਈ ਸੀ। ਪਰ ਜੱਜ ਨੂੰ ਆਪਣੀ ਜ਼ੁਬਾਨ 'ਚ ਗੱਲ ਕਰਦੇ ਆ ਸੁਣ ਕੇ ਰੋਪਈ ਹਾਂਜੀ ਮਾਨਯੋਗ ਜੱਜ ਸਾਹਿਬ ਮੈਂ ਆਪਣੇ ਦੁੱਖਾਂ ਭਰੀ ਕਹਾਣੀ ਤੁਹਾਨੂੰ ਸੁਣਾਉਣਾ ਚਾਹੁੰਦੀ ਹਾਂ ਜੇ ਇਜਾਜ਼ਤ ਦਿਓ ਤਾਂ ਪਰਮੀਤ ਨੇ ਕੰਬਦੇ ਹੱਥ ਜੋੜੇ ਬੇਫਿਕਰ ਹੋ ਕੇ ਨਿਰਸੰਕੋਚ ਜੋ ਕਹਿਣਾ ਕਹਿ ਬੀਬੀ ਜੱਜ ਨੇ ਉਹਦਾ ਡਰ ਦੂਰ ਕੀਤਾ ਪਰਮੀਤ ਨੇ ਚਾਰੇ ਪਾਸੇ ਨਜ਼ਰ ਮਾਰੀ ਤੇ ਇੱਕ ਡੂੰਘਾ ਹੌਕਾ ਲਿਆ ਜਿਵੇਂ ਜ਼ਹਿਰ ਦਾ ਘੁੱਟ ਪਾਰ ਰਹੀ ਹੋਵੇ ਫਿਰ ਹੌਲੀ-ਹੌਲੀ ਆਪਣਾ ਬਿਆਨ ਦੇਣ ਲੱਗੀ ਜਦ ਸਾ ਮੈਂ ਇੱਕ ਬਦਨਸੀਬ ਔਰਤ ਹਾਂ ਇੱਕ ਬੇਵਾਹ ਹਾਂ ਮੇਰਾ ਪਤੀ ਸਰਦਾਰ ਮਲਕੀਤ ਸਿੰਘ ਵਿਆਹ ਤੋਂ ਇੱਕ ਸਾਲ ਅੰਦਰ ਹੀ ਕਾਰ ਹਾਦਸੇ ਚ ਗੁਜ਼ਰ ਗਿਆ ਸੀ ਬਹੁਤ ਵੱਡੇ ਘਰ ਦੀ ਨੂਆ ਮੈਂ ਪਰ ਇੱਕ ਦਿਨ ਵੀ ਜ਼ਿੰਦਗੀ ਚ ਸੁੱਖ ਦਾ ਨਹੀਂ ਦੇਖਿਆ ਸਿਰਫ 21 ਸਾਲ ਦੀ ਉਮਰ ਚ ਵਿਧਵਾ ਹੋ ਗਈ ਸੀ ਮੈਂ ਪਰ ਮੇਰੇ ਮਾਪਿਆਂ ਤੇ ਸਹੁਰਿਆਂ ਨੇ ਮੇਰਾ ਮੁੜ ਵਿਆਹ ਨਹੀਂ ਕੀਤਾ ਸਮਾਜ ਤੇ ਧਰਮ ਦੀ ਦੁਹਾਈ ਦੇ ਕੇ ਹਮੇਸ਼ਾ ਲਈ ਮੇਰੇ ਮੱਥੇ ਤੇ ਰੰਡੇਪੇ ਦੀ ਪੱਟੀ ਬੰਨ੍ਹ ਦਿੱਤੀ ਗਈ ਚੜਦੀ ਜਵਾਨੀ 'ਚ ਮੇਰੀਆਂ ਖੁਸ਼ੀਆਂ ਤੇ ਚਾਹ ਮੇਰੇ ਤੋਂ ਖੋਲੇ ਗਏ ਜਿਹੜੀ ਅਲੜ ਉਮਰ 'ਚ ਕੁੜੀਆਂ ਚਿੜੀਆਂ ਭੁੱਖਦੇ ਰੰਗੀਨ ਸੁਪਨੇ ਦੇਖਦੀਆਂ ਨੇ ਮੈਨੂੰ ਵਿਧਵਾ ਪੁਣੇ ਦਾ ਜਾਮਾ ਪਹਿਨਾ ਦਿੱਤਾ ਗਿਆ ਰੰਗਦਾਰ ਕੱਪੜੇ ਪਹਿਨਣ ਦੀ ਮਨਾਹੀ ਸੀ ਮੈਨੂੰ ਹਾਰ ਸ਼ਿੰਗਾਰ ਦੀ ਤਾਂ ਗੱਲ ਹੀ ਛੱਡ ਦਿਓ ਮੇਰੇ ਤੇ ਹਰ ਸਮੇਂ ਨਿਗਰਾਨੀ ਰੱਖੀ ਜਾਂਦੀ ਸੀ ਕਿ ਕਿਤੇ ਮੇਰਾ ਮਨ ਡੋਲ ਨਾ ਜਾਏ ਖੁੱਲ ਕੇ ਸਾਹ ਲੈਣ ਦੀ ਵੀ ਆਜ਼ਾਦੀ ਨਹੀਂ ਸੀ ਮੈਨੂੰ ਮੇਰਾ ਪਤੀ ਜ਼ਿੰਦਗੀ ਦੇ ਸਫ਼ਰ ਦੇ ਸ਼ੁਰੂ ਵਿੱਚ ਬਦਕਿਸਮਤੀ ਨਾਲ ਮੈਨੂੰ ਛੱਡ ਕੇ ਚਲਾ ਗਿਆ ਸੀ ਪਰ ਮੇਰੇ ਕੋਲ ਕੋਈ ਹੋਰ ਹਮਸਫਰ ਲੱਭਣ ਦੀ ਬਜਾਏ ਮੈਨੂੰ ਨਸੀਤਾਂ ਦਿੱਤੀਆਂ ਗਈਆਂ ਕਿ ਕਿਸੇ ਹੋਰ ਮਰਦ ਬਾਰੇ ਸੋਚਣਾ ਵੀ ਮੇਰੇ ਲਈ ਪਾਪ ਸੀ ਜਿਉਂਦੇ ਜੀ ਸਤੀ ਕੀਤਾ ਜਾ ਰਿਹਾ ਸੀ ਮੈਨੂੰ ਦੁੱਖਾਂ ਗਮਾਂ ਸੰਤਾਪ ਦੀ ਅੱਗ 'ਚ ਸੜ ਰਹੀ ਸੀ ਮੈਂ ਪਰ ਕਿਸੇ ਨੇ ਮੇਰੇ ਦੁੱਖ ਦਰਦ ਨੂੰ ਮਹਿਸੂਸ ਕਰਨ ਦੀ ਲੋੜ ਨਹੀਂ ਸਮਝੀ ਬਿਮਾਰ ਬਜ਼ੁਰਗ ਸੱਸ ਸੋਹਰੇ ਦੀ ਸੇਵਾ ਸੰਭਾਲ ਕਰਨ ਦੀ ਜ਼ਿੰਮੇਵਾਰੀ ਮੇਰੇ ਤੇ ਪਾ ਦਿੱਤੀ ਗਈ ਮੇਰੇ ਪਤੀ ਨੇ ਮਰਨ ਤੋਂ ਪਹਿਲਾਂ ਮੇਰੇ ਤੋਂ ਵਚਨ ਲਿਆ ਸੀ ਕਿ ਮੈਂ ਆਪਣੇ ਬਜ਼ੁਰਗ ਮਾਪਿਆਂ ਨੂੰ ਇਕੱਲਿਆਂ ਛੱਡ ਕੇ ਨਾ ਜਾਵਾਂ। ਤੀ ਪਤਨੀ ਤੇ ਨੂੰਹ ਦੇ ਸਾਰੇ ਫਰਜ਼ ਮੈਂ ਬੇਗਰਜ਼ ਪੂਰੇ ਕਰਦੇ ਰਹੀ। ਕਦੇ ਆਪਣੇ ਵੱਲ ਧਿਆਨ ਵੀ ਨਹੀਂ ਦਿੱਤਾ ਕਿ ਮੇਰੀ ਵੀ ਕੋਈ ਜ਼ਿੰਦਗੀ ਹੈ। ਮੇਰਾ ਸਹੁਰਾ ਇੱਕ ਬਹੁਤ ਵੱਡਾ ਜ਼ਿੰਮੇਵਾਰੀ ਨਹੀਂ। ਸਗੋ ਰਿਟਾਇਰ ਫੌਜੀ ਅਫਸਰ ਵੀ ਸੀ। ਉਹਦਾ ਰੋਗ ਚੱਲਦਾ ਸੀ ਘਰ। ਸਾਰਾ ਪਿੰਡੋਂ ਤੋਂ ਡਰਦਾ ਸੀ। ਫਿਰ ਉਹਦੀ ਮੌਤ ਪਿੱਛੋਂ ਸਾਰਾ ਸਰੀਕਾ ਮੇਰਾ ਦੁਸ਼ਮਣ ਬਣ ਗਿਆ। ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਦੀਆਂ ਸਾਡੀ ਖੜੀ ਫਸਲ ਨੂੰ ਅੱਗ ਲਾ ਦਿੱਤੀ ਜਾਂਦੀ ਕਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਜਾਂਦੀਆਂ ਇਕੱਲੀ ਬੇਸਹਾਰਾ ਔਰਤ ਮੈਂ ਕਿਵੇਂ ਉਹਨਾਂ ਬੁਰਛਿਆਂ ਦਾ ਮੁਕਾਬਲਾ ਕਰਦੀ ਇਹੋ ਜੇ ਸੰਕਟ ਦੇ ਸਮੇਂ ਕਰਮਾ ਮੇਰੇ ਨੇੜੇ ਆਇਆ ਇਹਨੇ ਮੇਰੀ ਮਦਦ ਕੀਤੀ ਖੇਤੀਬਾੜੀ ਸੰਭੀ ਇਹਦੇ ਚੋਂ ਮੈਨੂੰ ਇੱਕ ਸੱਚਾ ਦੋਸਤ ਨਜ਼ਰ ਆਇਆ ਜੋ ਮੇਰੀ ਹਰ ਸਮੇਂ ਮਦਦ ਕਰਦਾ ਸੀ ਧੰਨਵਾਦ ਚਲਦਾ